स्वागत है दोस्तों एक बार फिर तो थोड़ा साढ़े यूट्यूब चैनल जॉब सीखी कुछ थे। दोस्तों वीडियो शुरू करने तो पहले मैं तुम्हें दस देना चाहना कि जेकर तुम इस चैनल पर पहली बार विजिट कर रहे हो तो अज तक इस चैनल को सबसक्राइब नहीं किया तो वीडियो के नीचे तुम्हें एक सबसक्राइब वाला बटन दिख जाएगा उसको दबा दो और नाल ही उस एक घंटी वाला बटन आ जाएगा। पूरी जानकारी की है सब तो पहला मैं तुम्हें एक PDF डाउनलोड करके दिखा दिना है तो उस ही पता लग जाएगा। DPE मास्टर मजिस्ट्रेट दी 873 लैक्चरार शरीरक सिक्ख्या दी जिहड़ियां पोस्टां आईयां सी 74 पोस्टां 31/12/2016 तो लैके 24/1/2017 तक एजुकेशन रिक्वायरमेंट बोर्ड .com ते उपलब्ध है। जिहड़ियां पोस्टां आईयां सी 2016 दे विच आईयां सी ते इह जिहड़ी भर्ती कीती जा रही सी इह कीती जा रही सी शरीरक सिक्ख्या लैक्चरार अते मास्टर मजिस्ट्रेट दी 873 पोस्टां दे उपर। इस दे रिगार्डिंग एक नोटिफिकेशन आया है 13/11/2019 ਨੂੰ ਕੀ ਹੈ ਉਹ ਨੋਟੀਫਿਕੇਸ਼ਨ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਨੂੰ ਮੈਂ ਦੇ ਦਿੰਦਾ ਹੈ ਅਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਦੇ ਰਹੋ। ਵੀਡੀਓ ਚੰਗੀ ਲੱਗੀ ਤਾਂ ਇੱਕ ਵਾਰੀ ਇਸ ਨੂੰ ਲਾਈਕ ਕਰ ਦਿਓ ਅਤੇ ਨਾਲ ਹੀ ਇਸ ਚੈਨਲ ਨੂੰ ਇੱਕ ਵਾਰੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਆਪਣੇ ਕਮੈਂਟ ਵੀ ਜ਼ਰੂਰ ਕਰਕੇ ਇਸ ਵਿੱਚ ਦੱਸਿਓ। ਹੁਣ ਇਹ ਦੂਸਰਾ ਨੋਟੀਫਿਕੇਸ਼ਨ ਹੈ ਤੁਹਾਨੂੰ ਮੈਂ ਇਹ ਵੀ ਦਿਖਾ ਦਿੰਦਾ ਹੈ ਡਾਇਰੈਕਟਰ ਸਿੱਖਿਆ ਭਾਰਤੀ ਡਾਇਰੈਕਟਰੇਟ ਪੰਜਾਬ ਵੱਲੋਂ ਜਿਹੜਾ ਹੈ ਇਹ ਨੋਟੀਫਿਕੇਸ਼ਨ ਦੀ ਜਿਹੜੀ ਡੇਟ ਹੈ ਤੁਸੀਂ ਚੈੱਕ ਕਰ ਸਕਦੇ ਹੋ। ਇਸ ਦੇ ਵਿੱਚ 13/11/2019 ਨੂੰ ਇਹ ਨੋਟੀਫਿਕੇਸ਼ਨ ਆਇਆ ਹੈ। ਕੀ ਇਹ ਪੂਰਾ ਨੋਟੀਫਿਕੇਸ਼ਨ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹੈ। ਇਸ ਦਫ਼ਤਰ ਵੱਲੋਂ ਵਿਭਾਗ ਦੀ ਵੈਬਸਾਈਟ 'ਤੇ 873 DPE ਮਿਨਿਸਟਰੇਟ ਅਤੇ 74 ਸਰੀਰਕ ਸਿੱਖਿਆ ਲੈਕਚਰਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਵਿਭਾਗ ਦੀ ਵੈਬਸਾਈਟ ਐਜੂਕੇਸ਼ਨ ਰਿਕਰੂਟਮੈਂਟ ਬੋਰਡ 'ਤੇ ਅਪਲੋਡ ਕੀਤਾ ਗਿਆ ਸੀ। ਇਸ ਵਿਗਿਆਪਨ ਵਿੱਚ ਲੜੀ ਦੇ 3 ਦਰਸਾਏ ਗਏ ਚੋਣ ਦੇ ਢੰਗ ਹੇਠ ਲਿਖੇ ਅਨੁਸਾਰ ਸ਼ੋਧ ਕੀਤੀ ਜਾਂਦੀ ਹੈ। ਇਹ DPE ਦੇ ਅਤੇ ਦੇ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੇ ਲਈ ਭਰਤੀ ਆਈ ਸੀ ਉਸ ਦੇ ਵਿੱਚ ਇੱਕ ਸੋਧ ਕੀਤੀ ਗਈ ਹੈ। ਉਹ ਕੀ ਹੈ ਸੋਧ ਪੂਰੀ ਜਾਣਕਾਰੀ ਤੋਂ ਧਿਆਨ ਨਾਲ ਸੁਣ ਲਿਓ। ਇਸ ਸਾਮੀਆਂ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਦਾ ਸਟੇਟ ਲੈਵਲ 'ਤੇ 2 ਲਿਖਤੀ ਟੈਸਟ ਲਏ ਜਾਣਗੇ। ਇੱਕ ਹੋਵੇਗਾ ਓਬਜੈਕਟਿਵ ਟਾਈਪ ਟੈਸਟ 150 ਅੰਕਾਂ ਦਾ ਅਤੇ ਦੂਜਾ ਹੋਵੇਗਾ ਸਬਜੈਕਟਿਵ ਸੰਬੰਧਿਤ ਵਿਸ਼ੇ ਦਾ ਟੈਸਟ 150 ਅੰਕਾਂ ਦਾ ਮੀਨਸ ਕਿ ਸਬਜੈਕਟਿਵ ਹੋਵੇਗਾ। ਉਮੀਦਵਾਰਾਂ ਦੀ ਫਾਈਲ ਮੈਰਿਟ ਐਨਰੋਲ ਦੋਵੇਂ ਟੈਸਟਾਂ ਵਿੱਚੋਂ ਪ੍ਰਾਪਤ ਅੰਕਾਂ ਦੇ ਜੋੜ ਕੇ ਤਿਆਰ ਕੀਤੀ ਜਾਵੇਗੀ। ਮੀਨਸ ਕਿ ਓਬਜੈਕਟਿਵ ਅਤੇ ਸਬਜੈਕਟਿਵ ਦੋਨਾਂ ਦੇ ਵਿੱਚੋਂ ਜਿਹੜੇ ਤੁਹਾਡੇ ਟੋਟਲ ਮਾਰਕਸ ਬਣਗੇ ਉਸ ਦੇ ਅਕੋਰਡਿੰਗ ਹੀ ਤੁਹਾਡੀ ਮੈਰਿਟ ਲਿਸਟ ਬਣੇਗੀ। ਜੇਕਰ ਇੱਕ ਦੂਸਰੀ ਸ਼ਰਤ ਹੋਰ ਹੈ ਇਸ ਦੇ ਨੂੰ ਵੀ ਧਿਆਨ ਨਾਲ ਸੁਣ ਲਿਓ। ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਫਾਈਨਲ ਮੈਰਿਟ ਵਿੱਚ ਅੰਕ ਬਰਾਬਰ ਆਉਂਦੇ ਹਨ ਤਾਂ ਇਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ। ਜੇਕਰ ਇੱਕ ਤੋਂ ਵੱਧ ਉਮੀਦਵਾਰ ਦੇ ਅੰਕ ਉਮਰਦਾਨ ਇੱਕੋ ਜਿਹੀ ਹੀ ਹੋਣ ਤਾਂ ਇਸ ਉਮੀਦਵਾਰ ਨੂੰ DPE ਲਈ ਗ੍ਰੈਜੂਏਸ਼ਨ ਅਤੇ ਲੈਕਚਰਾਰ ਦੀ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਵਿੱਚੋਂ ਵੱਧ ਅੰਕ ਹੋਣਗੇ ਉਸ ਨੂੰ ਮੈਰਿਟ ਵਿੱਚ ਰੱਖ ਲਿਆ ਜਾਵੇਗਾ। ਦੋਸਤੋ ਇਹ DPE ਦੀ ਜਿਹੜੀ ਪੋਸਟਾਂ 2016 ਦੇ ਵਿੱਚ ਆਈਆਂ ਸੀ ਉਸ ਦੇ ਵਿੱਚ ਇੱਕ ਸੋਧ ਕੀਤੀ ਗਈ ਹੈ ਕਿ ਇਸ ਭਰਤੀ ਨੂੰ ਕਰਨ ਦੇ ਲਈ। ਦੋਸਤੋ ਇਹ ਮਤਲਬ ਗੌਰਮੈਂਟ ਵੱਲੋਂ ਹਰ ਰੋਜ਼ ਨਵੇਂ ਤੋਂ ਨਵੇਂ ਹੀ ਰੂਲਸ ਲੈ ਕੇ ਆ ਰਹੀ ਹੈ ਅਤੇ ਇਹ DPE ਦੀਆਂ ਜਿਹੜੀਆਂ ਭਰਤੀ 2016 ਦੇ ਵਿੱਚ ਆਈ ਸੀ ਅੱਜ ਉਸ ਦੇ ਵਿੱਚ ਇੱਕ ਸੋਧ ਕੀਤੀ ਗਈ ਹੈ। ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਆਪਣੀ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਕਿ ਗੌਰਮੈਂਟ ਦੇ ਜਿਹੜੇ ਰੂਲਸ ਨੇ ਤੁਹਾਨੂੰ ਕਿੱਦਾਂ ਲੱਗ ਰਹੇ ਨੇ। ਹਰ ਰੋਜ਼ ਸਿੱਖਿਆ ਵਿਭਾਗ ਦੇ ਵਿੱਚ ਕੋਈ ਨਾ ਕੋਈ ਚੇਂਜ ਕੀਤਾ ਜਾ ਰਿਹਾ ਹੈ। ਥੈਂਕ ਯੂ ਫਰੈਂਡਸ, ਥੈਂਕ ਯੂ ਫੋਰ ਵਾਚਿੰਗ ਜੌਬਸ GK ਗੁਰੂ ਚੈਨਲ।